ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਅੱਜ ਬਾਬਾ ਬਲਵਿੰਦਰ ਸਿੰਘ ਜੀ ਦੀ ਵੀ ਇੱਕ ਵੀਡੀਓ ਰਿਲੀਜ਼ ਹੋਈ ਹੈ, ਉਹ ਕਹਿ ਰਹੇ ਆ ਕਿ ਹਜ਼ੂਰ ਸਾਹਿਬ ਦੇ ਵਿੱਚ ਇਹਨਾਂ ਦਾ 3 ਵਾਰੀ ਜਿਹੜਾ ਸਾਰੇ ਸ਼ਰਧਾਲੂਆਂ ਦਾ ਟੈਸਟ ਹੋਇਆ ਔਰ ਸਾਰੇ ਦੇ ਸਾਰੇ ਜਿਹੜੇ ਉਹ ਨੈਗੇਟਿਵ ਸੀ। ਔਰ ਮੈਂ ਵੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਨਾਲ ਗੱਲ ਕੀਤੀ ਹੈ ਹਜ਼ੂਰ ਸਾਹਿਬ ਦੀ, ਉਹਨਾਂ ਨੇ ਵੀ ਦੱਸਿਆ ਕਿ ਨਾਦੇੜ ਸ਼ਹਿਰ ਦੇ ਅੰਦਰ ਸਿਰਫ 2 ਕੇਸ ਜਿਹੜੇ ਹੈ ਉਹ ਕਰੋਨਾ ਪੋਜ਼ਿਟਿਵ ਆਏ ਹੈ। ਇੱਕ ਮੁਸਲਮਾਨ ਪਰਿਵਾਰ ਦੇ ਵਿੱਚੋਂ ਬਜ਼ੁਰਗ ਸੀ ਜਿਹੜਾ ਠੀਕ ਹੋ ਕੇ ਆਪਣੇ ਘਰ ਚਲਾ ਗਿਆ, ਅਤੇ ਦੂਸਰਾ ਇੱਕ ਕੋਈ ਟੈਕਸੀ ਡਰਾਈਵਰ ਹੈ ਉਹਨੂੰ ਕਰੋਨਾ ਪੋਜ਼ਿਟਿਵ ਜਿਹੜਾ ਹੈ ਉਹ ਆਇਆ। ਅਤੇ ਉਸ ਤੋਂ ਇਲਾਵਾ ਜਿਹੜਾ ਹੋਰ ਕੋਈ ਵੀ ਕੇਸ ਜਿਹੜਾ ਹੈਗਾ ਉਹ ਕਰੋਨਾ ਪੋਜ਼ਿਟਿਵ ਨਾਦੇੜ ਸ਼ਹਿਰ ਦੇ ਅੰਦਰ ਨਹੀਂ ਹੈ। ਅਤੇ ਇਹ ਜਿਹੜੇ ਸ਼ਰਧਾਲੂ ਸਨ ਇਹ 1.25 ਮਹੀਨੇ ਤੋਂ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਬੈਠੇ ਸਨ, ਉੱਥੇ ਤੱਕ ਸਾਹਿਬ ਦਰਸ਼ਨ ਕਰਦੇ ਸੀ ਜਾਂ ਲੰਗਰ ਸੇਵਾ ਕਰਦੇ ਸੀ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਸੀ। ਅਤੇ ਪੰਜਾਬ ਆਉਂਦਿਆਂ ਜਿਹੜਾ ਇਹ ਕਰੋਨਾ ਪੋਜ਼ਿਟਿਵ ਕਿਵੇਂ ਹੋ ਗਏ, ਇਹ ਬੜਾ ਵੱਡਾ ਜਿਹੜਾ ਹੈ ਇੱਕ ਮਨ 'ਚ ਸਵਾਲ ਜਿਹੜਾ ਉਹ ਸਾਰਿਆਂ ਦੇ ਅੰਦਰ ਪੈਦਾ ਹੋ ਰਿਹਾ। ਦੂਸਰੀ ਗੱਲ ਇਹ ਹੈ ਕਿ 25 ਤਰੀਕ ਨੂੰ ਸ਼ਰਧਾਲੂ ਜਿਹੜੇ ਆ ਉਹ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਆ, 27 ਤਰੀਕ ਨੂੰ ਸਰਕਾਰ ਜਿਹੜੀ ਹੈ ਉਹ ਇਹਨਾਂ ਨੂੰ ਘਰੋਂ ਸੱਦ ਕੇ ਟੈਸਟ ਕਰਨਾ ਸ਼ੁਰੂ ਕਰਦੀ ਹੈ, ਅਤੇ ਕੁਝ ਜਿਹੜੇ ਆ ਕੇਸ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਆ। ਬਹੁਤ ਵੱਡੇ ਜਿਹੜੇ ਆ ਇਹ ਸਵਾਲ ਜਿਹੜੇ ਆ ਸਾਡੇ ਅੰਦਰ ਖੜ੍ਹੇ ਕਰ ਰਹੇ ਆ ਇਹ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ। ਜਿਵੇਂ ਤਬਲੀਗੀਆਂ ਨੂੰ ਜਿਹੜਾ ਹੈਗਾ ਦੇ ਨਾਂ ਦੇ ਉੱਤੇ ਪੂਰੇ ਮੁਸਲਮਾਨ ਸਮਾਜ ਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੀ ਜਿਹੜੀ ਹੈ ਇੱਕ ਹੋੜ ਚੱਲੀ ਸੀ, ਅਤੇ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਲਗਾਤਾਰ ਹੀ ਜਿਹੜਾ ਹੈ ਉਹ ਅਸੀਂ ਸੁਣ ਵੀ ਰਹੇ ਹਾਂ ਕਿ ਇਉਂ ਪ੍ਰਚਾਰ ਹੋ ਰਿਹਾ ਜਿਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਰੋਨਾ ਵਾਇਰਸ ਦਾ ਘਰ ਹੋਵੇ, ਅਤੇ ਉੱਥੋਂ ਇਹ ਲੋਕ ਜਿਹੜੇ ਆ ਉਹ ਕੈਰੀ ਕਰਕੇ ਲਿਆਏ ਹੁਣ ਪੰਜਾਬ ਦੇ ਵਿੱਚ ਵੰਡਣ ਵਾਸਤੇ। ਇਹ ਬੜੀ ਵੱਡੀ ਜਿਹੜੀ ਹੈ ਇੱਕ ਸਾਜਿਸ਼ ਹੈ। ਕਰੋਨਾ ਟੈਸਟ ਦੀ ਭਰੋਸੇਯੋਗਤਾ 90% ਹੈ, ਇਹ ਸਰਕਾਰ ਨੂੰ ਜਿਹੜਾ ਹੈ ਉਹ ਕਲੀਅਰ ਕਰਨਾ ਚਾਹੀਦਾ। 100% ਹੈ, 90% ਹੈ, 95% ਹੈ, ਕਿੰਨੀ ਭਰੋਸੇਯੋਗਤਾ ਹੈ ਇਹਦੀ ਜਿਹੜਾ ਕਰੋਨਾ ਟੈਸਟ ਜਿਹੜੇ ਅੱਜ ਕੱਲ੍ਹ ਹੋ ਰਹੇ ਨੇ। 30 ਘੰਟੇ ਦਾ ਸਫ਼ਰ ਕਰਕੇ ਲਗਾਤਾਰ ਬੱਸ ਦੇ ਵਿੱਚ ਭੁੱਖੇ ਪਾਣੇ ਪਿਆਸੇ ਛੋਟੇ ਛੋਟੇ ਬੱਚਿਆਂ ਦੇ ਸਹਿਤ ਬੀਬੀਆਂ ਦੇ ਸਹਿਤ ਇਹ ਸ਼ਰਧਾਲੂ ਪੰਜਾਬ ਆਉਂਦੇ ਆ, ਅਤੇ ਪੰਜਾਬ ਦੇ ਵਿੱਚ ਜਿਹੜਾ ਹੈ ਸਾਡੇ ਧਿਆਨ 'ਚ ਆਇਆ ਕਿ ਇਹਨਾਂ ਦੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈ। ਅੰਮ੍ਰਿਤਸਰ ਦੇ ਵਿੱਚ ਵਿਵੇਕ ਆਸ਼ਰਮ ਦੇ ਵਿੱਚੋਂ ਜਿਹੜਾ ਇੱਕ ਬੀਬੀਆਂ ਦੀ ਵੀਡੀਓ ਆਈ ਹੈ ਜਿਹੜੀਆਂ ਕਹਿ ਰਹੀਆਂ ਕਿ ਸਾਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਹੈਗਾ, ਬੜੀ ਬੁਰੀ ਹਾਲਤ ਹੈ। ਅਤੇ ਕਈਆਂ ਨੂੰ ਜਿਹੜਾ ਹੈ ਉਹਨਾਂ ਦੀਆਂ ਮਾਨਸਿਕ ਭਾਵਨਾਵਾਂ ਦੇ ਉਲਟ ਡੇਰਿਆਂ ਦੇ ਵਿੱਚ ਜਿਹੜਾ ਉਹ ਰੱਖਿਆ ਜਾ ਰਿਹਾ। ਅਤੇ ਇਹ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਹੈ ਉਹ ਜਿਹੜੀ ਹੈ ਗੈਰ ਜ਼ਿੰਮੇਵਾਰੀ ਸਾਨੂੰ ਜਾਪ ਰਹੀ ਹੈ। ਚਾਹੀਦਾ ਇਹ ਸੀ ਕਿ ਜਿੰਨੇ ਵੀ ਸ਼ਰਧਾਲੂ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਆ ਰਹੇ ਸੀ, ਪੰਜਾਬ ਸਰਕਾਰ ਜਿਹੜਾ ਉਹਨਾਂ ਦੇ ਅਗਾਊਂ ਟੈਸਟ ਕਰਦੀ, ਕੁਆਰੰਟੀਨ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਦੀ, ਗੁਰਦੁਆਰੇ ਸਾਹਿਬਾਨ ਦੀਆਂ ਜਿਹੜੀਆਂ ਸਰਾਵਾਂ ਹੈ ਉਹ ਸਿੱਖ ਸ਼ਰਧਾਲੂਆਂ ਵਾਸਤੇ ਜਿਹੜੀਆਂ ਖੁੱਲ੍ਹੀਆਂ ਹੈ ਕੁਆਰੰਟੀਨ ਵਾਸਤੇ, ਅਤੇ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਕੁਆਰੰਟੀਨ ਕਰਨ ਵਾਸਤੇ ਜਿਹੜਾ ਉਹ ਠਹਿਰਾ ਦਿੰਦੇ, ਅਤੇ ਪ੍ਰਬੰਧ ਸਾਰੇ ਹੋ ਜਾਂਦੇ ਉਹਨਾਂ ਦੇ, ਲੰਗਰ ਪਾਣੀ ਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਸਥਾ ਕਰ ਦਿੰਦੀ, ਪ੍ਰਬੰਧ ਕਰ ਦਿੰਦੀ। ਇਹ ਬੜੀ ਹੈਰਾਨੀ ਦੀ ਗੱਲ ਹੈ। ਲੇਬਰ ਵੀ ਬਹੁਤ ਸਾਰੀ ਸਾਡੇ ਪੰਜਾਬ ਦੀ ਜਿਹੜੀ ਆ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਆ ਰਹੀ ਹੈ, ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਦੇ ਵਿੱਚ ਠਹਿਰਾਇਆ ਜਾ ਰਿਹਾ, ਉਹਨਾਂ ਦੇ ਵਿੱਚੋਂ ਵੀ ਕੁਝ ਕੇਸ ਜਿਹੜੇ ਉਹ ਪੋਜ਼ਿਟਿਵ ਆ ਰਹੇ ਆ, ਪਰ ਰੌਲਾ ਜਿਹੜਾ ਹੈ ਉਹ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦਾ ਜਿਹੜਾ ਉਹ ਪੈ ਰਿਹਾ। ਔਰ ਇੰਨੀ ਵੱਡੀ ਪੱਧਰ ਦੇ ਉੱਤੇ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਜਿਸ ਸ਼ਹਿਰ ਦੇ ਵਿੱਚ ਸਿਰਫ 2 ਕਰੋਨਾ ਪੋਜ਼ਿਟਿਵ ਕੇਸ ਮਿਲਦੇ ਆ, ਅਤੇ ਗੁਰਦੁਆਰਾ ਸਾਹਿਬ ਦੇ ਅੰਦਰ 1 ਵੀ ਕਰੋਨਾ ਪੋਜ਼ਿਟਿਵ ਨਹੀਂ ਹੈ, 1.25 ਮਹੀਨੇ ਤੋਂ ਇਹ ਸੰਗਤ ਜਿਹੜੀ ਹੈ ਉੱਥੇ ਸਰਾਵਾਂ ਦੇ ਵਿੱਚ ਠਹਿਰੀ ਹੋਈ ਹੈ, ਕੋਈ ਕਿਸੇ ਕਿਸਮ ਦੇ ਲੱਛਣ ਵੀ ਜਿਹੜੇ ਆ ਉਹ ਦਿਖਾਈ ਨਹੀਂ ਦਿੱਤੇ, ਅਤੇ ਫਿਰ ਪੰਜਾਬ ਆਉਂਦੇ ਆ ਐਡੀ ਵੱਡੀ ਪੱਧਰ ਦੇ ਉੱਤੇ ਇਹਨਾਂ ਸ਼ਰਧਾਲੂਆਂ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਆ ਉਹ ਕਿਵੇਂ ਨਿਕਲਿਆ। ਅਤੇ ਮੈਂ ਪੰਜਾਬ ਸਰਕਾਰ ਨੂੰ ਵੀ ਜਿਹੜਾ ਉਹ ਕਹਿਣਾ ਚਾਹੁੰਦਾ, ਦੇਖੋ ਠੀਕ ਹੈ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਹੈ ਕਿ ਉਹ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਲੈ ਕੇ ਆਏ ਹੈ, ਪਰ ਕੈਪਟਨ ਅਮਰਿੰਦਰ ਸਿੰਘ ਜੀ ਨਿੱਜੀ ਦਿਲਚਸਪੀ ਲੈ ਕੇ ਇਹ ਜਿਹੜੇ ਸ਼ਰਧਾਲੂ ਆਏ ਨੇ ਹਜ਼ੂਰ ਸਾਹਿਬ ਤੋਂ ਇਹਨਾਂ ਦਾ ਯੋਗ ਪ੍ਰਬੰਧ ਕਰਾਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਮੈਂ ਕਿਹਾ ਹੈਗਾ, ਪ੍ਰਧਾਨ ਜੀ ਨੂੰ ਵੀ ਕਿਹਾ ਹੈਗਾ ਕਿ ਉਹ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਜਿਹੜੇ ਸ਼ਰਧਾਲੂ ਹੈ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਲੈ ਕੇ ਆਉਣ, ਉੱਥੇ ਇਹਨਾਂ ਨੂੰ ਕੁਆਰੰਟੀਨ ਕੀਤਾ ਜਾਵੇ ਜੇ ਸਰਕਾਰ ਦੇ ਬਣਾਏ ਨਿਯਮਾਂ ਦੇ ਤਹਿਤ, ਅਤੇ ਇਹਨਾਂ ਦੇ ਲੰਗਰ ਪਾਣੀ ਦੀ ਵਿਵਸਥਾ ਜਿਹੜੀ ਹੈ ਉਹ ਵਧੀਆ ਹੋ ਸਕੇ। ਅਤੇ ਸਰਕਾਰ ਨੇ ਜਿੱਥੇ ਵੀ ਰੱਖੇ ਨੇ, ਜੇ ਨਹੀਂ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਅਜੇ ਭੇਜਿਆ ਜਾ ਰਿਹਾ, ਤਾਂ ਜਿੱਥੇ ਵੀ ਰੱਖੇ ਨੇ ਘੱਟੋ ਘੱਟ ਉਹਨਾਂ ਦੇ ਰਹਿਣ ਦਾ ਇੰਤਜ਼ਾਮ, ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਜਿਹੜਾ ਹੈ ਉਹ ਵਧੀਆ ਹੋਣਾ ਚਾਹੀਦਾ, ਸਰਕਾਰ ਨੂੰ ਕਰਨਾ ਚਾਹੀਦਾ।